ਕਦੋਂ ਉਹਨਾਂ ਨੇ ਕੀ ਹੋਣਾ ਸਾਨੂੰ ਨਹੀਂ ਪਤਾ, ਨਹੀਂ ਜਾਣਦਾ ਕਿ ਕੀ ਬਣਨਗੇ ਵੱਡੇ ਹੋ ਕੇ, ਮੈਨੂੰ ਨਹੀਂ ਪਤਾ। ਪਰ ਸਾਡਾ ਫਰਜ਼ ਹੈ ਨਾ, ਆਪਾਂ ਆਪਣੇ ਬੱਚਿਆਂ ਨੂੰ ਸਾਂਭੀਏ, ਆਪਣੇ ਔਲਾਦ ਨੂੰ ਸਾਂਭੀਏ। ਤੁਹਾਡਾ ਫਰਜ਼ ਹੈ ਨਾ ਗੁਰਦੁਆਰੇ ਵਾਲਾ ਦਾ, ਜੋ ਵੀ ਇੱਥੇ ਪ੍ਰਬੰਧਕ ਨੇ ਜਿੱਥੇ ਵੀ ਨੇ, ਉਹਨਾਂ ਦਾ ਫਰਜ਼ ਹੈ ਨਾ ਆਪਣੀ ਕੌਮ ਨੂੰ ਸਾਂਭੀਏ, ਆਪਣੀ ਕੌਮ ਦੇ ਬੱਚਿਆਂ ਨੂੰ ਸਾਂਭੀਏ। ਸਿੰਪਲ ਜਿਹੀ ਗੱਲ ਆ, ਜੇ ਤੁਹਾਡੀ ਸਮਝ ਚ ਆ ਜਾਵੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ। ਤੁਹਾਡੇ ਬੱਚੇ ਪੜ੍ਹਨ ਜਾਂਦੇ ਸਕੂਲ ਕਾਲਜ, ਹਫ਼ਤੇ 'ਚ ਇੱਕ ਦਿਨ ਜਾਣ, ਸਿਰਫ ਇੱਕ ਦਿਨ ਜਾਣ ਹਫ਼ਤੇ 'ਚ ਕੱਟਣ ਪੜ੍ਹ ਕੇ, ਪੜ੍ਹਨ ਵੀ ਨਾ ਭਾਵੇਂ ਮੱਥਾ ਟੇਕ ਕੇ ਲੰਗਰ ਖਾ ਕੇ ਕੜੇ ਪੂਰੇ ਖਾ ਕੇ ਕੰਟੀਨ ਤੋਂ ਘਰ ਆ ਜਾਣ, ਪਾਸ ਹੋ ਜਾਣਗੇ। ਹਾਂਜੀ ਦੱਸੋ, ਸਿਰ ਸੁਣਾਓ, ਪਤਾ ਲੱਗੇ ਮੈਨੂੰ ਸੁਣਦੇ ਪਿਆ ਉਹ ਦਿਨ ਵੀ ਹਫ਼ਤੇ 'ਚ ਇੱਕ ਦਿਨ ਹੀ ਜਾਣ ਸਕੂਲ ਯੂਨੀਵਰਸਿਟੀ, ਪਾਸ ਹੋ ਜਾਣਗੇ। ਤੁਸੀਂ ਇੱਕ ਦਿਨ ਹੀ ਆਓ ਕੱਟਕ ਗੁਰਦੁਆਰੇ, ਉਹ ਵੀ ਲੰਗਰ ਖਾ ਕੇ ਬੜਾ ਪ੍ਰਸ਼ਾਦ ਲੈ ਕੇ ਮੱਥਾ ਟੇਕ ਕੇ ਘਰ ਚਲ ਜਾਓ, ਪੜ੍ਹਾਈ ਕੋਈ ਕਰੋ ਨਾ, ਪਾਸ ਹੋ ਜਾਓ। ਇਹ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਦਾ ਸਿਲੇਬਸ ਹੈ, ਹਰ ਸਿੱਖ ਦਾ ਇਹ ਸਿਲੇਬਸ ਹੈ। ਇਹਨੂੰ ਗਾਉਣਾ ਆ, ਇਹਨੂੰ ਸੁਣਨਾ ਆ, ਤੇ ਇਹਨੂੰ ਕਮਾਉਣਾ ਆ। ਹਉ ਕਿਸ ਕੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੇ। ਸੱਚੇ ਪਾਤਸ਼ਾਹ ਦਾ ਉਪਦੇਸ਼ ਕਮਾਉਣ ਲਈ ਹੈ, ਮੱਥਾ ਟੇਕਣ ਲਈ ਨਹੀਂ, ਗਾਉਣ ਲਈ ਨਹੀਂ ਹੈਗੀ। ਗਾਉਣਾ ਹੈ ਨਾ, ਹੁਕਮ ਹੈ ਨਾ, ਆਵੋ ਸੱਚੇ ਸਤਿਗੁਰ ਤੋਂ ਪਿਆਰੋ ਗਾਵੋ। ਭਾਈ ਗੁਰਦਾਸ ਜੀ ਨੇ ਬੜੇ ਪਵਿੱਤਰ ਪੌੜੀ ਚਰਨ ਕੀਤੀ ਆ, ਤੇ ਸਿੱਧੀ ਮਣੀ ਵਿਚਾਰਿਆ ਕਿਵੇਂ ਦਰਸ਼ਨ ਹੀ ਲੈਵੇ ਪਾ, ਸਿੱਧਾ ਕੋਲ ਚਲ ਗਿਆ ਸੀ ਪਰਬਤ ਤੇ। ਤੋ ਸਾਰੇ ਸਿੱਧ ਇਕੱਠੇ ਹੋ ਗਏ ਤੇ ਕਹਿੰਦੇ ਨੇ ਵੀ ਉਹਨਾਂ ਨੇ ਵਿਚਾਰ ਕੀਤੀ ਵੀ ਕਿਵੇਂ ਨਾ ਕਿਵੇਂ ਹੋਵੇ ਬਾਲਕ ਨਾਨਕ ਸਾਡੇ ਪੰਥ ਵਿੱਚ ਆ ਜਾਓ। ਕਿੱਡੀ ਕਮਾਲ ਦੀ ਗੱਲ, ਉਹ ਇਹ ਨਹੀਂ ਸੋਚਦੇ ਵੀ ਅਸੀਂ ਗੁਰੂ ਨਾਨਕ ਦੇ ਪੰਥ ਜਾਣਾ, ਉਹ ਵਿਚਾਰ ਇਹ ਕਰ ਰਹੇ ਨੇ ਵੀ ਗੁਰੂ ਨਾਨਕ ਨੂੰ ਆਪਣੇ ਪੰਥ ਵਿੱਚ ਲੈ ਆਈਏ। ਮੈਂ ਰਹਿਤ ਨਹੀਂ ਰੱਖਣੀ, ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਕਰ ਲੈਂਦੇ, ਉਹਦੀ ਰਹਿਤ ਹੀ। ਮੈਂ ਨਹੀਂ ਉੱਚਾ ਰੱਖਣਾ, ਮੈਂ ਨਹੀਂ ਗੁਰੂ ਨਾਨਕ ਵਰਗ ਬਣਨਾ, ਮੈਂ ਨਹੀਂ ਗੁਰੂ ਵਰਗਾ ਬਣਨਾ, ਰਹਿਤ ਨਹੀਂ ਆਪਾਂ। ਉਹ ਕਿਤੇ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਰਹਿ ਨਹੀਂ ਰਹੇ, ਸੋਈ ਸਿੱਖ ਮੇਰਾ ਉਹ ਸਾਹਿਬ ਨਮਸਕਾਰ ਜੀ। ਤੁਸੀਂ ਖਾਲਸੇ ਦਾ ਬਣੋ, ਬਾਕੀ ਤਾਂ ਗੁਰੂ ਆਪੇ ਦੇ ਦੇਗਾ। ਖਾਲਸੇ ਦਾ ਬਣੋ, ਆਪਾਂ ਖਾਲਸੇ ਤਾਂ ਬਣੀ, ਗੁਰੂ ਨੂੰ ਤਾਂ ਆਪਣੇ ਜੀਵਨ ਚ ਆਣ ਦੀਏ। ਤੋ ਜੇ ਆਪਾਂ ਗਹਿਰੀ ਵਿਚਾਰ ਕਰੀਏ, ਅੰਦਰ ਆਪਣੇ ਚਾਹਦੀ ਮਾਰੀਏ, ਤੇ ਸਾਡੇ ਜੀਵਨ ਵਿੱਚ ਗੁਰੂ ਕਿੱਥੇ ਆ? ਅੱਜ ਦੇ ਸਿੱਖ ਦੇ ਜੀਵਨ ਵਿੱਚ ਗੁਰੂ ਲੱਭਣਾ ਬੜਾ ਔਖਾ ਹੋਇਆ। ਹੌਂਦ ਸੋਲ ਘੁਮਾਇਆ, ਗੁਰਮਤ ਹਿਰਦੈ ਰੀਤੀ ਆ। ਤੁਸੀਂ ਕਦੋਂ ਨਿਕਲ ਨਿਕਲ ਨਹੀਂ ਬਸਾਉਣਾ, ਵਾਹਿਗੁਰੂ ਵੀ ਥੋੜ੍ਹਾ ਹੈ ਨਾ, ਮੈਂ ਕੋਈ ਗਿਆਨੀ ਨਹੀਂ ਹੈ, ਕੁਛ ਨਹੀਂ। ਮੂਰਖ ਬਾਬਾ ਮੂਰਖ ਨਾਵੇ ਬਾਬਾ, ਇੱਕ ਨਾਮ ਕੋਠੀ ਉਹ ਪੂਜਾ ਦੀ ਮੁੱਖ ਅਚਰਜ ਬੁਰੇ ਦਿਖਾਏ। ਸਿੱਖ ਦੇ ਜੀਵਨ ਵਿੱਚ ਇੱਕ ਅਚਰਜ ਘਟਨਾ ਵਾਪਰਦੀ ਹੈ, ਜਦੋਂ ਉਹ ਪੰਜਾਂ ਪਿਆਰਿਆਂ ਨੂੰ ਮਿਲਦਾ ਹੈ, ਤੇ ਪੰਜ ਪਿਆਰਿਆਂ ਦੇ ਸਿਰ ਤੇ ਹੱਥ ਰੱਖੇ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਸਤਿਗੁਰ ਪੂਰੇ ਨਾਮ ਬਿਰਾਇਆ, ਮੁਖ ਮਸਤਕ ਭਾਲ ਸਭਾਗਾ। ਜਦੋਂ ਪੰਜ ਪਿਆਰੇ ਉਹਨੂੰ ਨਾਮ ਦੇ ਕਰਾਉਂਦੇ ਨਾ ਸਿਰ ਤੇ ਹੱਥ ਰੱਖ ਕੇ, ਤੇ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ। ਉਹ ਵੀ ਉਸੇ ਵੇਲੇ ਵੱਡ ਭਾਗੀ ਤੇ ਜਨ ਕੋ ਜਾਣੂ ਜੋ ਪ੍ਰਭ ਕੇ ਗੁਣ ਗਾਵੇ, ਜਨਮ ਜਨਮ ਕੇ ਪਾਪ ਪਏ ਕੇ ਗੁਣ ਮੈਂ ਗੁਣ ਸੁਣਾਵੇ। ਇੱਕ ਵੱਡਾ ਚੁੱਕੋ ਸਰੋਵਰ ਸੁਣ ਦੋ, ਕਲਵਲੀ ਮੱਚ ਜਾਏਗੀ ਸਾਰੇ ਚੁੱਕ। ਪਹਿਲਾਂ ਤੇ ਗੁਰਦੁਆਰੇ ਆਇਆ ਤਾਂ ਕੁਛ ਲੈਣ ਆਇਆ, ਕੁਛ ਬਦਲ ਨਹੀਂ ਆਇਆ।
ਕਾਹਦੇ ਵਾਸਤੇ ਮਨੁੱਖਾ ਜਨਮ ਮਿਲਿਆ? ਬੈਰ ਵਿਰੋਧ ਕਾਮ ਕ੍ਰੋਧ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਉਂ ਤੁਤ ਬਿਆਨੇ ਕਈ ਜਨਮ। ਇੱਕ ਜਨਮ ਥੋੜੀ ਖਰਾਬ ਕੀਤਾ ਪਹਿਲਾਂ, ਅਨੰਤ ਕਾਲ ਤੋਂ ਆ ਰਹੇ ਇੱਥੇ। ਆਵਾਗਮਨ ਹੋਤਾ ਫੁੱਲ ਪੁਰੇ ਪ੍ਰਸੰਗ ਨਾ ਟੁੱਟੇ। ਇੱਕ ਕਾਮੇ ਇੱਕ ਜਾਏ ਉੱਠ ਪੂਰ ਭਰੇ ਹੰਕਾਰ, ਰੋਜ਼ ਹਜ਼ਾਰਾਂ ਜੰਮਦੇ ਨੇ ਹਜ਼ਾਰਾਂ ਮਰ ਜਾਂਦੇ ਨੇ, ਹੌਮੇ ਦੇ ਭਰੇ ਆਉਂਦੇ ਨੇ ਹੌਮੇ ਦੇ ਭਰੇ ਵਾਪਸ ਚਲੇ ਜਾਂਦੇ ਨੇ, ਉਹਦੇ ਸਮਾਉਂਦੇ ਨੇ ਫਿਰ ਜੰਮ ਪੈਂਦੇ। ਆਪਾਂ ਵੀ ਹੁਣ ਕੁਛ ਕਰਨ, ਜੇ ਇੱਦਾਂ ਹੀ ਜੀਵਨ ਲੰਘ ਗਿਆ ਤੇ ਜੀਵਨ ਤੇ ਮਿਲਿਆ ਸੀ ਮਿਲਣ ਲਈ ਭਈ ਪ੍ਰਾਪਤ ਮਾਨੁਖ ਜੋੜੀਆ ਗੋਬਿੰਦ ਮਿਲਨ ਕੀ। ਹੁਣ ਸਵਾਲ ਕਰਦਾ ਤੁਹਾਨੂੰ ਤੇ ਮੈਂ ਆਪਣੇ ਆਪ ਨੂੰ ਕਿ ਮਿਲ ਲਿਆ ਮੈਂ, ਕਿ ਤੁਸੀਂ ਮਿਲ ਲਿਆ ਗੋਬਿੰਦ ਨੂੰ? ਇਹ ਆ ਨਾ ਸਾਡਾ ਸਿਰ ਮੰਜ਼ਿਲ ਤਾਂ ਇਹ ਆ ਨਾ ਵੀ ਗੋਬਿੰਦ ਨੂੰ ਮਿਲਣਾ ਹੈ, ਮੰਜ਼ਿਲ ਤਾਂ ਇਹ ਆ ਨਾ, ਨਿਸ਼ਾਨਾ ਤੇ ਇਹ ਆ ਨਾ ਮਿਲਣਾ ਹੈ। ਤੇ ਜੇ ਮਿਲੇ ਹੀ ਨਹੀਂ ਇੱਥੇ ਮੈਂ ਦੇ ਹੱਥ ਜੋੜ ਕੇ ਬੇਨਤੀ ਕਰਦਾ, ਜਿਹਨੇ ਇੱਥੇ ਆਉਣਾ ਨਾ ਮਿਲਣ ਲਈ ਆਓ, ਨਹੀਂ ਤਾਂ ਸਾਰੀ ਦੁਨੀਆ ਜੀ ਰਹੀ ਹੈ ਤੁਸੀਂ ਵੀ ਜੀ ਜਾਓ, ਕੀ ਫਰਕ ਪੈਂਦਾ? ਸਿੱਖੀ ਹੈ ਪਰਮਾਤਮਾ ਨੂੰ ਮਿਲਣ ਲਈ ਇਹ ਜੀਵਨ ਮਿਲਿਆ। ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੰਬਾਰ, ਤੇ ਹੁਣੇ ਉਹਨੇ ਸਲੋਕ ਪੜਿਆ ਸੀ, ਮਿਲੀਏ ਕਿਵੇਂ ਫਿਰ ਆਪ ਸਵਾਰੇ ਮੈਂ ਮਿਲਿਆ। ਪਹਿਲਾਂ ਆਪਣੇ ਆਪ ਨੂੰ ਸਵਾਰਨਾ ਪੈਣਾ, ਇਸ ਤਰ੍ਹਾਂ ਨਹੀਂ ਵੀ ਮੈਂ ਖੰਡਾ ਲਾ ਲਿਆ ਤੇ ਪਾ ਲਿਆ ਤੇ ਪਾਣਾ ਪਾ ਲਿਆ ਸਵਾਰਿਆ ਗਿਆ, ਏਦਾਂ ਨਹੀਂ ਸਵਾਰਿਆ ਗਿਆ। ਅੰਦਰੋਂ ਜੀਵਨ ਸਵਾਰਨਾ ਆਪ ਸਵਾਰੇ ਮੈਂ ਮਿਲੇ, ਜੇ ਆਪਣੇ ਆਪ ਨੂੰ ਸਵਾਰ ਲਏਗਾ ਨਾ ਆਪਣਾ ਜੀਵਨ ਚੰਗਾ ਬਣਾ ਲਏਗਾ ਨਾ ਤੇ ਰੱਬ ਨੂੰ ਮਿਲ ਪਏ ਤੇ ਮੈਂ ਮਿਲਿਆ ਸੁੱਖ ਹੋਇਆ। ਜਦੋਂ ਤੂੰ ਪਰਮਾਤਮਾ ਨੂੰ ਫਿਰ ਮਿਲ ਪਏਗਾ ਫਿਰ ਤੈਨੂੰ ਸੁੱਖ ਮਿਲਣਗੇ ਤੇ ਸੁਖੀ ਹੋ ਜਾਏਗਾ। ਤੇ ਗੁਰੂ ਨਾਨਕ ਸਾਹਿਬ ਗਰੰਟੀ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜੇ ਤੂੰ ਮੇਰਾ ਹੋਏ ਰਹੇ ਸਭ ਜਗ, ਜੇ ਤੂੰ ਮੇਰਾ ਹੋਏ ਰਹੇ ਬੋਲਦੇ ਅੰਦਰ ਬਣ ਕੇ ਬੋਲਿਆ ਕਰੋ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਆਪਾਂ ਬਣ ਗਏ ਬਣ ਗਏ ਜੋ ਕਹਿੰਦੇ ਉਹ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਇਹੋ ਜਿਹਾ ਜੋਗੀ ਗੁਰੂ ਨਾਨਕ ਸਾਹਿਬ ਵਰਗਾ ਸਾਡੇ ਪੰਥ ਚ ਆ ਜਾਏ ਤੇ ਸਾਡਾ ਪੰਥ ਸਾਰੇ ਸੰਸਾਰ ਵਿੱਚ ਉੱਚਾ ਹੋ ਜਾਵੇ, ਉਜਲਾ ਹੋ ਜਾਵੇ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਗਏ ਉਹਨੂੰ ਚੱਲ, ਨਾਥ ਨੇ ਆਪਣੇ ਕੋਲ ਖੱਪਰ ਦਿੱਤਾ ਵੱਡੇ ਜੋਗੀ ਨੇ, ਜਾਂ ਉਹ ਪਹਾੜੀ ਦੇ ਥੱਲੇ ਦਰਿਆ ਵਗਦਾ ਉੱਥੋਂ ਪਾਣੀ ਭਰ ਗਿਆ। ਬਾਬਾ ਗਿਆ ਪਾਣੀ ਡਿੱਠੇ ਰਤਨ ਜਵਾਹਰ ਲਾਲਾ, ਬਾਬਾ ਸਰੋਵਰ ਤੇ ਗਏ ਬਾਬਾ ਜੀ ਗੁਰੂ ਨਾਨਕ ਸਾਹਿਬ ਤੇ ਕੀ ਦੇਖਦੇ ਨੇ ਉੱਥੇ ਤੇ ਪਾਣੀ ਹੈ ਨੀ, ਉੱਥੇ ਤੇ ਲਾਲ ਰਤਨ ਤੇ ਹੀਰੇ ਮੋਤੀ ਖਿਲਰੇ ਪਏ ਨੇ, ਸਾਰਾ ਭਰਿਆ ਪਿਆ ਢੇਰ ਲੱਗੇ ਨੇ ਤੇ ਕਮਾਲ ਦਿਖੇ। ਫਿਰ ਆਇਆ ਗੁਰਨਾਥ ਜੀ, ਪਾਣੀ ਥੋੜ ਨਹੀਂ ਉਸ ਤਾਲਾ, ਹੀਰੇ ਮੋਤੀ ਜਵਾਹਰਾਂ ਦਾ ਜ਼ਿਕਰ ਹੀ ਨਹੀਂ ਕੀਤਾ, ਕਹਿੰਦਾ ਉੱਥੇ ਪਾਣੀ ਤੇ ਹੈ ਹੀ ਨਹੀਂ, ਤੂੰ ਮੈਨੂੰ ਪਾਣੀ ਲੈਣ ਭੇਜਿਆ ਸੀ, ਉਹਨਾਂ ਕੋਲ ਆ ਕੇ ਨਾ ਜ਼ਿਕਰ ਹੀ ਨਹੀਂ ਕੀਤਾ ਵੀ ਉੱਥੇ ਲਾਲ ਨੇ ਹੀਰੇ ਨੇ ਮੋਤੀ ਨੇ। ਇਹ ਹੈ ਪੰਥ, ਇਹ ਹੈ ਗੁਰੂ ਨਾਨਕ ਦਾ ਪੰਥ, ਇਹੀ ਗੁਰਦੁਆਰੇ ਸਿੱਖ ਨੇ ਕਰਨਾ ਸੀ। ਆ ਹੀਰੇ ਮੋਤੀ ਚੁਗਣੇ ਸੀ, ਗੁਰਸਾਧੂ ਸੰਗਤ ਮਿਲੇ ਹੀਰੇ ਹੀਰੇ ਲਾਲ ਲਭਨ, ਇਹ ਆ ਸੰਗਤ ਮਿਲਦੀ ਆ ਹੀਰੇ ਮੋਤੀਆਂ ਦਾ, ਇੱਥੇ ਮੀਂਹ ਪਿਆ ਤੁਹਾਡੇ ਤੁਹਾਡੇ ਪਰ ਦਿਨ ਵੀ ਰਾਤ ਵੀ ਅੱਜ ਵੀ ਮੈਂ ਦੇਖਦਾ ਸੀ, ਇੱਥੇ ਉੱਠ ਕੇ ਉੱਥੇ ਬਾਹਰ ਗੱਪਾਂ ਮਾਰਦੇ ਪਏ। ਮੈਂ ਦੋ ਚਾਰਾਂ ਨੂੰ ਹੱਥ ਜੋੜ ਕੇ ਕਿਹਾ ਮੈਂ ਕਿਹਾ ਜਾਓ ਨੀਂਦ ਕਿਉਂ ਖਰਾਬ ਕਰ ਦਿਓ ਘਰ ਦਾ, ਸੋ ਜਾਓ ਨਹੀਂ ਸੁਣਨਾ ਨਾ ਸੀ ਕੋਈ ਗੱਲ ਨਹੀਂ ਜਾਓ, ਬਾਹਰ ਖੜੀ ਮੈਂ ਗੱਪਾਂ ਕਿਉਂ ਮਾਰ ਰਹੇ। ਫਿਰ ਅਸੀਂ ਕਹਿੰਦੇ ਹਾਂ ਚੜ੍ਹ ਕੇ ਗੱਲਾਂ ਕਰੀ, ਅਰੇ ਮਰ ਜਾਣਾ ਜਿਸ ਪਿਆਰੇ ਸੁਣੋ ਤੇ ਸਾਗੇ ਮਰ ਚੱਲੀ ਤੇਰੇ ਜੀਵਨ ਸੰਸਾਰ ਤਾਕੇ ਪਾਸੇ ਜੀਵਨ ਸੰਸਾਰ ਜੀਣਾ ਉਹਨੂੰ ਪਿੱਠ ਦੇ ਕੇ ਗੁਰੂ ਨੂੰ ਪਿੱਠ ਦੇ ਕੇ ਜੀਣਾ ਹਜ਼ਾਰ ਫਿਟਕਾਰ ਇਸ ਜੀਵਨ ਤੇ। ਸੰਤਨ ਦਾ ਜਾਣਾ ਦੁੱਖਾ ਸਰਬ ਨਿਧਾਨ ਗ੍ਰਹਿ ਸਾਥ 36 ਪ੍ਰਕਾਰ ਦੇ ਵੀ ਕੁਛ ਸਮਾਨ ਭਗਤਨਾਂ ਦਾ ਅਨੁਗ੍ਰਹਿ ਉੜ ਨਗਰ ਨਾ ਹੋਈ ਸਾਕਤ ਸਿਰ ਪਉ ਰੇਸ਼ਮੀ ਪੈਰ ਪੱਤ ਹੋਈ।
ਨਾਮ ਰਸਿਆਂ ਦਾ, ਨਾਮ ਜਪਣ ਵਾਲਿਆਂ ਦਾ, ਰੁੱਖੀ ਰੋਟੀ ਸੰਗਤ ਦਾ ਦਾਣਾ ਰੁੱਖਾ ਬਾਣੀ ਚ ਦੋਨੋਂ ਪੱਖ ਦੱਸੇ ਹੋਏ ਨੇ। ਦਲਦਲ ਨੀਰ ਨੀਰ ਭਰੇ ਸੀਤਲ ਪਵਨ ਝੁਲਾਰਦੇ, ਸੇਗਰੀਆਂ ਸੋਏ ਹੀਰੇ ਲਾਲ ਜਲੰਦੀਆਂ, ਕੱਪੜ ਸੋਭਰ ਕੱਪੜ ਭੋਗ ਨਾਨਕ ਪਿਰੀ ਵੀ ਹੋਣੀ ਤੱਤੀਆਂ। ਬੜੀ ਠੰਡੀ ਹਵਾ ਆਉਂਦੀ ਆ, ਸੇਜ ਬੜੀ ਸੁੰਦਰ ਸਜੀ ਆ ਹੀਰੇ ਮੋਤੀਆਂ ਨਾਲ, ਬੜੀਆਂ ਸੁਗੰਧੀਆਂ ਨੇ ਉੱਥੇ, ਪਰ ਪਤੀ ਹੈ ਹੀ ਨਹੀਂ, ਪਤੀ ਹੈ ਹੀ ਨਹੀਂ, ਪਤੀ ਹੈ ਹੀ ਨਹੀਂ ਤਾਂ ਸੇਜ ਨੂੰ ਕੀ ਕਰਨਾ ਫਿਰ ਹੀਰੇ ਹੀਰੇ ਮੋਤੀਆਂ ਵਾਲੀ ਸੇਜ ਕੀ ਕਰਨਾ, ਬਾਹਰੋਂ ਸ਼ਿੰਗਾਰਿਆ ਆ, ਅੰਦਰ ਪਤੀ ਤਾਂ ਹੈ ਹੀ ਨਹੀਂ ਰੱਬ ਦੀ। ਉਹ ਤੈਨ ਨਾਲ ਕਿਹਾ ਪੁਰਾਣ ਸੁਣ ਕੀ ਨਾ, ਉਹ ਬੰਦੇ ਤੂੰ ਬਾਣੀ ਸੁਣ ਕੇ ਕੀ ਤੀਰ ਮਾਰ ਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ, ਅਨਪਾਵਣੀ ਭਗਤ ਨੀ ਉਪਜੀ ਭੁੱਖੇ ਦਾ ਅੰਨਾ ਦੀਨਾ, ਤੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਕੋਈ ਪਿਆਰ ਪੈਦਾ ਹੀ ਨਹੀਂ ਹੋਇਆ, ਤੇਰੇ ਅੰਦਰ ਭਗਤੀ ਦੀ ਕੋਈ ਤਾਂਘ ਪੈਦਾ ਹੀ ਨਹੀਂ ਹੋਈ, ਪ੍ਰਭੂ ਮਿਲਣ ਦਾ ਕੋਈ ਚਾਹ ਤਾਂ ਪੈਦਾ ਹੀ ਨਹੀਂ ਹੋਇਆ। ਅਨਪਾਵਣੀ ਉਸਤਤ ਭਗਤੀ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ, ਅਨਪਾਵਣੀ ਭਗਤ ਨੀ ਉਪਜੀ ਭੁੱਖੇ ਦਾ ਅੰਨਾ ਦੀਨਾ, ਕਿਸੇ ਭੁੱਖੇ ਨੇ ਰੋਟੀ ਪਾਈ ਨਹੀਂ, ਕਿਸੇ ਭੁੱਖੇ ਤੇ ਮੁੱਛ ਪਾਇਆ ਹੀ ਨਹੀਂ, ਕੁਛ ਲੋੜਵੰਦ ਨੂੰ ਕੁਛ ਦਿੱਤਾ ਹੀ ਨਹੀਂ। ਇੱਥੇ ਉੱਥੇ ਕੋਈ ਰੱਬ ਚਲੇ ਜਾਓ, ਉੱਥੇ ਕਿਉਂ ਲੋਕ, ਕਿਉਂ ਲੋਕ ਉੱਥੇ ਈਸਾਈ ਮੰਨਦੇ ਜਾ ਰਹੇ, ਕਿਉਂ ਮੰਨਦੇ ਜਾ ਰਹੇ, ਕਿਉਂ ਅਸੀਂ ਸਮਝ ਨਹੀਂ, ਪੇਟ ਦਾ ਧਰਮ ਰੋਟੀ ਆ, ਕਿਸੇ ਭੁੱਖੇ ਦੇ ਪੇਟ 'ਚ ਰੋਟੀ ਪਾਈ ਨਹੀਂ ਸਮਝ। ਮੈਂ ਪੁੱਛਿਆ ਬੜੀਆਂ ਥਾਵਾਂ 'ਚ ਪੁੱਛਿਆ, ਮੈਂ ਕਿਹਾ ਗੁਰੂ ਸਾਹਿਬ ਨੇ ਕਿਹਾ ਸੀ ਨਾ ਗਰੀਬ ਦਾ ਮੂੰਹ ਗੁਰੂ ਦੀ, ਖਾਲੀ ਗਰੀਬ ਦਾ ਮੂੰਹ 'ਚ ਕੱਖ ਵੀ ਨਹੀਂ ਪਾਇਆ ਸੀ, ਤੁਸੀਂ ਗਰੀਬ ਮੁਲਕਾਂ 'ਚ ਪਾਏ ਨਹੀਂ ਹੁੰਦੀ ਪਤਾ। ਗੁਰੂ ਨੇ ਕਿਹਾ ਸੀ ਗਰੀਬ ਦਾ ਮੂੰਹ, ਗਰੀਬ ਦਾ ਮੂੰਹ ਪਾਏ ਜੋ ਵਾਹਿਗੁਰੂ ਵਾਹਿਗੁਰੂ। ਸਾਡੇ ਤੇ ਝਗੜੇ ਬੜੇ ਨਿੱਕੇ ਨਿੱਕੇ ਨੇ, ਬੜੇ ਨਿੱਕੇ ਨਿੱਕੇ ਝਗੜੇ। ਅਗਲੇ ਉੱਥੇ ਹਿੰਦੂ ਰਾਸ਼ਟਰ ਪੜਾਉਣ ਉੱਥੇ ਦਿਨ ਪਏ ਆਪਾਂ ਕਿੱਥੇ ਪੜੇ, ਆਪਾਂ ਕਿੱਥੇ ਪੜੇ, ਉਹ ਮੰਤਰ ਗੁਰ ਪ੍ਰਸਾਦ ਤੱਕ ਪੜ੍ਹਨਾ ਹੈ ਕਿ ਹਰਦੀ ਉਸੀ ਤੱਕ ਪੜ੍ਹਨਾ, ਲੜੀ ਦਾਸ ਨੂੰ ਪ੍ਰਕਾਸ਼ ਕਰਨਾ ਹੈ ਕਿ ਦੂਜਾ ਕਰਨਾ ਹੈ। ਸਾਡੇ ਝੱਲੇ ਜੀ ਉਹ ਕਦੀ ਇੱਥੇ ਝਗੜਾ ਹੋਵੇ ਕਿਧਰੇ ਵੀ ਕਿਸੇ ਵੀ ਥਾਂ ਤੇ ਝਗੜਾ ਹੋਵੇ, ਔਰ ਤੂੰ 2 ਵਜੇ ਆ ਕੇ ਪ੍ਰਕਾਸ਼ ਕੀਤਾ, ਮੈਂ 1 ਵਜੇ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗਾ। ਅੱਜ ਤੂੰ 1 ਸੁਖਮਨੀ ਸਾਹਿਬ ਪੜਿਆ, ਮੈਂ 2 ਪੜ੍ਹ ਕੇ ਦੱਸੂਗਾ, ਅੱਜ ਮੈਂ 5 ਜਪੁਜੀ ਸਾਹਿਬ ਪੜ੍ਹਦਾ, ਤੂੰ 1 ਪੜਿਆ ਕੀਤਾ ਜੀ ਝਗੜਾ ਕਰਕੇ ਚੜ੍ਹਦੀ ਕਲਾ ਕਿਵੇਂ ਹੋ ਗਈ, ਜਿਹਨੂੰ ਪੁੱਛੋ ਕੀ ਹਾਲ ਕਹਿੰਦਾ ਚੜ੍ਹਦੀ ਕਲਾ, ਮੈਂ ਕਿਹਾ ਖੇਰੇ ਤੇ 12 ਵਜੇ ਨੇ, ਚੜ੍ਹਦੀ ਕਲਾ ਕਿੱਥੇ, ਕਿਹੜੇ ਪਾਸੋਂ ਚੜ੍ਹਦੀ ਕਲਾ। ਮੈਨੂੰ ਕਹਿੰਦਾ ਮੈਂ 5 ਸੁਖਮਨੀ ਸਾਹਿਬ ਦੇ ਪਾਠ ਕੀਤੇ, ਮੈਂ ਕਿਹਾ ਚਿਹਰੇ ਤੇ ਪੰਕਤੀ ਵੀ ਆਈ, ਸ਼ੀਸ਼ਾ ਤੇ ਆਹੀ ਆ, ਇਹ ਹੀ ਦੱਸੇਗਾ ਨਾ ਕੀਤਾ ਕਿ ਨਹੀਂ ਕੀਤਾ ਕੁਛ। ਸਤਗੁਰ ਬਾਝੂ ਗੁਰ ਨਹੀਂ ਕੋਈ, ਨਗੁਰੇ ਕਾ ਹੈ, ਨਗੁਰੇ ਕਾ ਹੈ, ਸਾਰੇ ਕੋਲ ਨਗੁਰੇ ਕਾ ਹੈ, ਜਿਹਦਾ ਨਾਂ ਹੀ ਬੁਰਾ ਹੈ ਉਹ ਤੇਰੀ ਰੋਟੀ ਨੂੰ ਹੱਥ ਲਾ ਕੇ ਖਾ ਲੈ। ਤੈਨੂੰ ਚਾਹ ਹੈ ਨਾ, ਆਣਾ ਮੇਰੇ ਨਾਲ ਧਿਆਨ ਆਣਾ, ਦੂਸਰੇ ਕਹਿੰਦੇ ਮੈਂ ਨਹੀਂ ਮਿਲਾਉਣਾ। ਕੌਣ ਹੈ ਸਿੱਖ, ਗੁਰੂ ਨੂੰ ਪੁੱਛੋ ਕੌਣ ਹੈ ਸਿੱਖ, ਕਹਿੰਦਾ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਉਹ ਗੁਰੂ ਦਾ ਸਿੱਖ ਹੈ ਜਿਹੜਾ ਇੱਥੇ ਮੱਥਾ ਟੇਕਦਾ ਤੇ ਸਿਰ ਉਤਾਰ ਕੇ ਧਰ ਦਿੰਦਾ, ਭਾਵ ਆਪਣੀ ਮੱਤ ਇੱਥੇ ਰੱਖ ਦਿੰਦਾ ਤੇ ਕਹਿੰਦਾ ਆਹ ਪਰਿਕਰਮਾ ਕਰਦੇ ਨੇ ਸਾਰੇ ਕਰਦੇ ਨੇ। ਇੰਨਾ ਵੀ ਨਹੀਂ ਪਤਾ ਕੀਰਤਨ ਹੁੰਦਾ ਪਿਆ ਕਿਉਂ ਨਹੀਂ ਲੰਘਣਾ, ਦੱਸਿਆ ਹੀ ਨਹੀਂ। ਅਰੇ ਗੁਰੂ ਦੇ ਵਿੱਚ ਤੇ ਗੁਰੂ ਦੇ ਕੀਰਤਨੀਆਂ ਵਿੱਚੋਂ ਤੁਸੀਂ ਨਹੀਂ ਲੰਘ ਸਕਦੇ, ਬਹਿ ਦਿਓ। ਪ੍ਰਕਰਮਾਂ ਕਿਉਂ ਕਰਨੀਆਂ, ਮੈਂ ਪੁੱਛਿਆ ਗਿਆ ਨੂੰ ਪ੍ਰਕਰਮਾਂ ਕਿਉਂ ਕਰਦੇ, ਬੜੀਆਂ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ, ਪ੍ਰਕਰਮਾਂ ਕਿਉਂ ਕਰਦੇ, ਕਹਿੰਦੇ ਸਾਰੇ ਕਰਦੇ ਨੇ।
ਤੇ ਮੈਂ ਕਹਿੰਦਾ ਲਿਖਿਆ ਦੇਖਾ ਦੇਖੀ ਸਭ ਕਰੇ ਮਨ ਗੁਰੀਆਂ ਪਾਏ ਸਾਰੇ ਗੁਰ ਡਿੱਗਣਗੇ ਤੂੰ ਵੀ ਡਿੱਗ ਪਏ ਮੈਂ ਤੈਨੂੰ ਪੁੱਛਣਾ ਤੂੰ ਪ੍ਰਕਰਮਾ ਕਿਉਂ ਕਰਦਾ ਤੂੰ ਜਵਾਬ ਦੇ ਤੂੰ ਕਿਉਂ ਕਰਦਾ ਪ੍ਰਕਰਮ ਕਹਿੰਦਾ ਜੀ ਮੈਨੂੰ ਪਤਾ ਮੈਂ ਤਾਂ ਸਾਰੇ ਹੀ ਚੱਕਰ ਜਿਹਾ ਲਾਉਂਦੇ ਨੇ ਮੈਂ ਵੀ ਲਾ ਲਈ ਹਾਂ ਮੈਂ ਕਹਿੰਦਾ ਮਤਲਬ ਪਤਾ ਤੇ ਮੱਥਾ ਟੇਕਿਆ ਪ੍ਰਕਰਮਾ ਕਰਨ ਅੱਛਾ ਫਿਰ ਮੱਥਾ ਟੇਕਿਆ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਸਾਰੀ ਉਮਰ ਮੈਂ ਤੈਨੂੰ ਆਪਣੇ ਜੀਵਨ ਦੇ ਸੈਂਟਰ 'ਚ ਰੱਖਾਂਗਾ ਜੋ ਤੂੰ ਕਹੇਗਾ ਮੈਂ ਉਹ ਕਰਾਂਗਾ ਇਹ ਪ੍ਰਕਰਮਾ ਦਾ ਮਤਲਬ ਦੋ ਮਿੰਟ ਮੈਂ ਹੋਰ ਨਾਮ ਇੱਕ ਸਾਥ ਕੁਛ ਨਾ ਤੁਹਾਨੂੰ ਮੈਂ ਸਮਾਪਤੀ ਕਰ ਦਿੰਦੀ ਹਾਂ ਦੇ ਵਿੱਚ ਮੇਰਾ ਮਤਲਬ ਸੁਣਾ ਦਿੰਦਾ ਪਰ ਵਾਹਿਗੁਰੂ ਭਾਈ ਰਾਮ ਸਿੰਘ ਜੀ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਤਾਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਨਾ ਸਾਖੀਆਂ ਪੜ੍ਹਦੇ ਹਾਂ ਨਾ ਗੁਰਬਾਣੀ ਪੜ੍ਹਦੇ ਹਾਂ ਜਿੰਨਾ ਸਾਡੀ ਗੁਰਬਾਣੀ ਪਵਿੱਤਰ ਹੈ ਉਹ ਤੋਂ ਕਿਤੇ ਜ਼ਿਆਦਾ ਸਾਡਾ ਇਤਿਹਾਸ ਵੀ ਪਵਿੱਤਰ ਆਪਾਂ ਪੜ੍ਹਨਾ ਛੱਡ ਦਿੱਤਾ ਕੋਈ ਮਾਂ ਨਹੀਂ ਜਿਹੜੀ ਆਪਣੇ ਬੱਚੇ ਨੂੰ ਸਾਹਿਬਜ਼ਾਦਿਆਂ ਦੀ ਸਾਖੀ ਸੁਣਾਉਂਦੀ ਹੋਵੇ ਕੋਈ ਦਾਦੀ ਨਹੀਂ ਜਿਹੜੀ ਆਪਣੇ ਬੱਚੇ ਨੂੰ ਗੋਦ ਚ ਲੈ ਕੇ ਕਹਿੰਦੀ ਹੋਵੇ ਪੁੱਤਾ ਮਾਤਾ ਕੀ ਅਸੀਸ ਨਿਮਕ ਨਮਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਜੇ ਕੋਈ ਗਾਇਬ ਤੇ ਜਾਓ ਤੇ ਪੈਰ ਪੀਟਾਂਗਾ ਚਰਨ ਧੋ ਕੇ ਪੀਵਾਂਗਾ ਜੋਨੀ ਜੋਨੀ ਯਸ ਪਾਪਾ ਇਹ ਸਿਖਾਉਂਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਾ ਸੀ ਦੱਖਣ ਨੂੰ ਲੰਬੀ ਲੱਗ ਥੋੜੀ ਦੋ ਮਿੰਟ ਸਕਾਰ ਮੈਂ ਸਮਾਪਤੀ ਕਰ ਲਈ ਜਿਹੜਾ ਧਿਆਨ ਨਾਲ ਸੁਣ ਦਿਓ ਦੱਖਣ ਨੂੰ ਜਾਣਾ ਸੀ ਤੇ ਕਹਿੰਦੇ ਰਾਮ ਸਿੰਘ ਸਾਡੇ ਨਾਲ ਚੱਲ ਇਹ ਚਾਰ ਭਰਾ ਸੀ ਰਾਮ ਸਿੰਘ ਫਤਿਹ ਸਿੰਘ ਬਖਤੂ ਸਿੰਘ ਤਖਤੂ ਸਿੰਘ ਕਹਿੰਦੇ ਸਾਡੇ ਨਾਲ ਚੱਲ ਕਹਿੰਦਾ ਮਹਾਰਾਜ ਮੈਂ 40 ਮਿੰਟਾਂ ਦਾ ਮਾਲਕ ਹਾਂ ਤੇ ਮੇਰੀ ਇੰਨੀ ਜਾਇਦਾਦ ਆ ਇੰਨਾ ਕੁਛ ਆ ਤੇ ਉਹਨੂੰ ਕੌਣ ਦੇਖੇਗਾ ਤੇ ਮਹਾਰਾਜ ਕਹਿੰਦੇ ਰਾਮ ਸਿੰਘ ਤੂੰ ਹੀ ਨਹੀਂ ਰਹਿਣਾ ਜਾਇਦਾਦ ਤੇ ਇੱਥੇ ਜਾਇਦਾਦ ਬੋਲੋ ਵਾਹਿਗੁਰੂ ਕਿਸੇ ਤਰ੍ਹਾਂ ਤੁਰ ਪਿਆ ਨਾਲ 70 ਕਿਲੋਮੀਟਰ ਗਏ ਹੋਣਗੇ ਅੱਗੇ ਤੇ ਰਾਤ ਨੂੰ ਮਹਾਰਾਜ ਵਿਸ਼ਰਾਮ ਕਰਦੇ ਪਏ ਨੇ ਤੇ ਰਾਮ ਸਿੰਘ ਨੇ ਰਾਤ ਨੂੰ ਮੱਥਾ ਟੇਕਿਆ ਪ੍ਰਕਰਮਾ ਕੀਤੀ ਸਾਡੇ ਘਰਾਂ ਪ੍ਰਕਰਮਾ ਕੀਤੀ ਤੇ ਵਾਪਸ ਮੁੜ ਗਏ ਸਤਿਗੁਰੂ ਜੀ ਉੱਠੇ ਤੇ ਆਪਣੇ ਸਿੱਖਾਂ ਨੂੰ ਪੁੱਛਦੇ ਰਾਮ ਸਿੰਘ ਕਿੱਥੇ ਆ ਕਹਿੰਦੇ ਮਹਾਰਾਜ ਨੂੰ ਤਾਂ ਵਾਪਸ ਮਿਲ ਗਿਆ ਪ੍ਰਕਰਮਾ ਕਰਕੇ ਹਾਂਜੀ ਪ੍ਰਕਰਮਾ ਕਰਕੇ ਤੁਸੀਂ ਵੀ ਪ੍ਰਕਰਮਾ ਕਰਕੇ ਵਾਪਸ ਮੁੜ ਗਏ ਗੁਰੂ ਕੋਲ ਥੋੜੀ ਰਹੇ ਮੈਂ ਥੋੜੀ ਰਿਹਾ ਇਹਦੇ ਕੋਲ ਇਹਦੇ ਕੋਲ ਥੋੜੀ ਰਹੇ ਅਸੀਂ ਪ੍ਰਕਰਮਾ ਦੋ ਪੈਸੇ ਪਾਏ ਚਲੇ ਗਏ ਪ੍ਰਕਰਮਾ ਕਰਕੇ ਵਾਪਸ ਰਾਮ ਸਿੰਘ ਵੀ ਚਲਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਾ ਸਿੱਖਾ ਜਾ ਨੂੰ ਕਹਿ ਗੁਰੂ ਦਾ ਹੁਕਮ ਹੈ ਵਾਪਸ ਆ ਗਿਆ ਤੁਹਾਨੂੰ ਹੀ ਗੁਰੂ ਕਹਿਆ ਵਾਪਸ ਆ ਗਿਆ ਵਾਪਸ ਆ ਜਾਓ ਜਿਨ ਤੁਮ ਭੇਜੇ ਤੇ ਬੁਲਾਏ ਸੁਖ ਸਹਿ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਾਹਿਬ ਤੋਂ ਨੇਚਰ ਰਾਜ ਕਮਾਓ ਤੁਸੀਂ ਵਾਪਸ ਆ ਜਾਓ ਆਪਣੇ ਘਰ ਮੈਂ ਤੁਹਾਡੇ ਲਈ ਨੇਚਰ ਨੇਚਰ ਜਦ ਕਦੇ ਅਚਲ ਜਦ ਕਦੇ ਹਿੱਲਦਾ ਨਹੀਂ ਉਹ ਰਾਜ ਲੈ ਕੇ ਬੈਠਾ ਵਾਂ ਤੁਸੀਂ ਨੈਣਾ ਦੇ ਤਾਂ ਬਣੋ ਰਾਮ ਸਿੰਘ ਸਿੱਖ ਆਇਆ ਪੁਰੇ ਤੇ ਚੜਿਆ ਰਾਮ ਸਿੰਘ ਤੁਰਿਆ ਜਾਂਦਾ ਸਿੱਖ ਹੋਏ ਉਤਰਿਆ ਹੱਥ ਜੋੜੇ ਖੱਤੇ ਬੁਲਾਈ ਰਾਮ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵਾਪਸ ਆ ਜਾ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਵਾਪਸ ਆ ਜਾ ਰਾਮ ਸਿੰਘ ਨਹੀਂ ਮੰਨੀ ਨਹੀਂ ਮੰਨੀ ਸਿੱਖ ਵਾਪਸ ਆ ਕੀ ਗੱਲ ਮਹਾਰਾਜ ਜੀ ਰਾਮ ਸਿੰਘ ਨਹੀਂ ਮੰਨਦਾ ਮਹਾਰਾਜ ਜੀ ਨਹੀਂ ਮੰਨਦੇ ਤੇ ਅਮਰ ਸ਼ਕਲ ਨਹੀਂ ਮੰਨਦੇ ਇਹ ਤੇ ਸਾਰਾ ਸਿਉਂ ਵੀ ਨਹੀਂ ਮੰਨਦੀਆਂ ਸਿੱਖ ਕੀ ਕਰੇ ਪ੍ਰਚਾਰਕ ਕੀ ਕਰੇ ਤੁਸੀਂ ਸਾਰੇ ਸਿੱਖ ਹੀ ਹੋ ਨਾ ਇੱਥੇ ਜਿਹੜੇ ਬੈਠੇ ਸਾਰੇ ਸਿੱਖ ਹੀ ਹੈ ਨਾ ਲਗਭਗ ਹਾਂਜੀ ਬੋਲਦੀ ਤੇ ਤੁਹਾਨੂੰ ਉਪਦੇਸ਼ ਕਰਨ ਦੀ ਲੋੜ ਸਿੱਖ ਨੂੰ ਉਪਦੇਸ਼ ਕਰਨਾ ਸੀ ਕਿ ਤੁਸੀਂ ਸਾਰਿਆਂ ਨੇ ਉਪਦੇਸ਼ ਬਣ ਕੇ ਸਾਰੀ ਦੁਨੀਆਂ ਨੂੰ ਉਪਦੇਸ਼ ਕਰਨਾ ਸੀ ਸਾਡਾ ਪ੍ਰਚਾਰ ਪ੍ਰਚਾਰ ਕਰਨ ਦਾ ਸਾਰਾ ਜ਼ੋਰ ਤੇ ਤੁਹਾਡੇ ਤੇ ਲੱਗ ਗਿਆ ਤੁਹਾਨੂੰ ਉਪਦੇਸ਼ ਕਰਨਾ ਸੀ ਸਿੱਖ ਨੂੰ ਕਹਿਣ ਦੀ ਲੋੜ ਸੀ ਵੀ ਤੂੰ ਅੰਮ੍ਰਿਤ ਛਕ ਸਿੱਖ ਨੂੰ ਕਹਿਣ ਦੀ ਲੋੜ ਹੈ ਵੀ ਤੂੰ ਗੁਰੂ ਵਾਲਾ ਬਣ ਹੱਦ ਹੋ ਗਈ ਹੈ ਮਹਾਰਾਜ ਜੀ ਰਾਮ ਸਿੰਘ ਨਹੀਂ ਮੰਨਦਾ ਸਿੱਖਾਂ ਦੇ ਮਹਾਰਾਜਾ
ਦੁਬਾਰਾ ਜਾ ਤੇ ਜਿੱਥੇ ਮਿਲੇ ਨਾ ਉਹਦੇ ਅੱਗੇ ਤਿੰਨ ਲੀਕਾਂ ਪੁੱਛੀ ਉਹਨੂੰ ਬਈ ਗੁਰੂ ਸਾਹਿਬ ਨੇ ਕਿਹਾ ਰਾਮ ਸਿੰਘ ਲੀਕਾਂ ਨਾ ਟੱਪੀ ਬੋਲੋ ਵਾਹਿਗੁਰੂ ਰਾਮ ਸਿੰਘ ਲੀਕਾਂ ਨਾ ਟੱਪੀ ਸਿੱਖ ਘੋੜੇ ਤੇ ਚੜਿਆ ਤੇ ਰਾਮ ਸਿੰਘ ਅੱਗੇ ਜਾ ਕੇ ਘੋੜਾ ਖਿਲਾ ਕੇ ਤੇ ਤਿੰਨ ਲੀਕਾਂ ਪਾ ਰਾਮ ਸਿਆਹ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰਾਮ ਸਿਆਹ ਇਹ ਲੀਕਾ ਨਾ ਟੱਪੀ ਵਾਪਸ ਆ ਜਾ ਰਾਮ ਸਿੰਘ ਲੀਕਾ ਵੀ ਟੱਪੇ ਤੁਸੀਂ ਤਾਂ ਮੈਂ ਕਦੇ ਕਦੇ ਲੀਕ ਟੱਪੀ ਹੈ ਜੀ ਕੋਈ ਲੀਕ ਨਹੀਂ ਟੱਪੀ ਤੁਸੀਂ ਤੇ ਮੈਂ ਕਦੇ ਰਾਮ ਸਿੰਘ ਨੇ ਟੱਪੀ ਹੈ ਇੱਥੇ ਤਾਂ ਲੱਭਣ ਲੱਗੋ ਤੇ ਹੋਇਆ ਹੀ ਸਾਰੇ ਰਾਮ ਸਿੰਘ ਨੇ ਸਾਨੂੰ ਮੁਕਤਾ ਲੱਭਦਾ ਹੀ ਨਹੀਂ ਕੋਈ ਹੁਣ ਸਿੱਖ ਕਿਹੜੇ ਮੂੰਹ ਨਾਲ ਗੁਰੂ ਕੋਲ ਜਾਏ ਵਾਪਸ ਜੂਦਾ ਹੀ ਮਰ ਰਾਮ ਸਿੰਘ ਲੀਕਾ ਵੀ ਟੱਪ ਗਿਆ ਗੁਰੂ ਕਿੰਨਾ ਗਿਆ ਸਿੱਖਾ ਇੱਕ ਵਾਰ ਫਿਰ ਜਾ ਆਪਣੀ ਜੇਬ ਵਿੱਚ ਰੁਮਾਲ ਕੱਢ ਕੇ ਦਿੱਤਾ ਆ ਰਿਹਾ ਤੇ ਰਾਮ ਸਿੰਘ ਨੂੰ ਕਹੀਏ ਮੇਰੀ ਪੱਗ ਹੈ ਤੇ ਜਿੱਥੇ ਮਿਲੇ ਉਹਦੇ ਅੱਗੇ ਅਖੀ ਇਹ ਗੁਰੂ ਗੋਬਿੰਦ ਸਿੰਘ ਦੀ ਪੱਗ ਹੈ ਇਹਨੂੰ ਨਾ ਟੱਪੀ ਅੱਗੇ ਰੁਮਾਲ ਰੱਖ ਦਿੱਤਾ ਰਾਮ ਸਿਆਹ ਰਾਮ ਸਿਆਹ ਇਹ ਗੁਰੂ ਗੋਬਿੰਦ ਸਿੰਘ ਦੀ ਪੱਗ ਆ ਇਹਨੂੰ ਨਾ ਟੱਪੀ ਗੁਰੂ ਕਹਿੰਦਾ ਵਾਪਸ ਆ ਜਾ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਰੁਮਾਲ ਵਿਛਾਤਾ ਰਾਮ ਸਿਆਹ ਗੁਰੂ ਗੋਬਿੰਦ ਸਿੰਘ ਦੀ ਪਾ ਗਿਆ ਤੈਨੂੰ ਨਾ ਰਾਮ ਸਿੰਘ ਉਹ ਵੀ ਟੱਪ ਗਿਆ ਰਾਮ ਸਿੰਘ ਥੋੜੀ ਟੱਪ ਗਿਆ ਸੁਰਜੀਤ ਸਿੰਘ ਵੀ ਟੱਪ ਗਿਆ ਸਾਰੇ ਟੱਪ ਗਏ ਕਿੰਨੀ ਕੁ ਅਸੀਂ ਗੁਰੂ ਦੀ ਕਿੰਨੀ ਕੁ ਗੁਰੂ ਦੀ ਇੱਜ਼ਤ ਅਸੀਂ ਕਰਦੇ ਹਾਂ ਕਿੰਨਾ ਕੁ ਗੁਰੂ ਦੇ ਪੱਗ ਦਾ ਅਸੀਂ ਖਿਆਲ ਕਰਦੇ ਹਾਂ ਹੁਣ ਸਿੱਖ ਕਿਹੜਾ ਮੂੰਹ ਲੈ ਕੇ ਗੁਰੂ ਗੋਬਿੰਦ ਸਿੰਘ ਕੋਲ ਜਾਏ ਬੇਮੁਖ ਰਾਮ ਤੇ ਲੱਗਣ ਜਨਮ ਵਿਜੋਗ ਕਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਭੋਗ ਗੁਰੂ ਨੂੰ ਛੱਡ ਕੇ ਸੁੱਖ ਸੁੱਖ ਸਾਗਰ ਗੁਰਦੇਵ ਹੈ ਸੁੱਖ ਦੇ ਮੇਲ ਲਏ ਦੁੱਖ ਆ ਰਹੇ ਅਸੀਂ ਦੁੱਖੇ ਹਾਂ ਸਾਨੂੰ ਆਪਣੇ ਕੋਲ ਸੁੱਖ ਦੇ ਕੇ ਆਪਣੇ ਨਾਲ ਮਿਲਾ ਲੈਂਦਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿੰਨਾ ਸੁੱਖ ਦਾ ਭੰਡਾਰਾ ਹੈ ਇਹ ਤਾਂ ਸੁੱਖ ਦਾ ਸਮੁੰਦਰ ਆ ਉਹਦਾ ਭਰਾ ਫਤਿਹ ਸਿੰਘ ਸੀ ਰਾਮ ਸਿੰਘ ਦਾ ਸਾਡਾ ਤਾਂ ਕੋਈ ਭਰਾ ਪੈਣ ਨਹੀਂ ਆਇਆ ਜਿਹੜਾ ਸਾਡੀ ਕੋਈ ਮਦਦ ਕਰੇ ਬਾਬਾ ਬੰਦਾ ਬਹਾਦਰ ਸਾਹਿਬ ਦੀ ਫੌਜ ਵਿੱਚ ਉਹ ਜਰਨੈਲ ਹੋ ਕੇ ਲੜਿਆ ਤੇ ਉਹਨੇ ਆਪਣੇ ਭਾਈ ਦਾ ਭਰਾ ਦਾ ਰਾਮ ਸਿੰਘ ਦਾ ਜਿਹੜਾ ਉਹ ਕਲੰਕ ਲੱਗਾ ਸੀ ਉਹ ਉਹਨੇ ਧੋਤਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੀ ਫੌਜ ਸੀ ਨਾ ਫਤਿਹ ਸਿੰਘ ਉਹ ਰਾਮ ਸਿੰਘ ਦਾ ਭਰਾ ਸੀ ਉਹਨੇ ਆਪਣੇ ਭਰਾ ਦੀ ਕੀਤੀ ਗਲਤੀ ਗੁਰੂ ਕੋਲੋਂ ਆਪਣੀ ਜਾਨ ਦੇ ਕੇ ਆਪਣੀ ਕੁਰਬਾਨੀ ਦੇ ਕੇ ਉਹਨੇ ਉਹਨੂੰ ਸਾਫ਼ ਕਰਵਾਇਆ ਆਪਣਾ ਤਾਂ ਕੋਈ ਭਰਾ ਭੈਣ ਵੀ ਨਹੀਂ ਹੈਗਾ ਸਾਡੇ ਤੇ ਭਰਾ ਭੈਣ ਵੀ ਕਹਿੰਦੇ ਨੇ ਆ ਬੱਚੇ ਨੇ ਨਾ ਤੇ ਭਰਾ ਭੈਣ ਕਹਿੰਦੇ ਤੁਸੀਂ ਇਹਨਾਂ ਨੂੰ ਨਿੱਕਿਆ ਜਿਹਾ ਨੂੰ ਵਕਤ ਪਾਇਆ ਮੈਂ ਕਿਹਾ ਤੁਹਾਨੂੰ ਲੱਗਦਾ ਹੋਏਗਾ ਬਸ ਇਹ ਤਾਂ ਬੜੇ ਸੁਖੀ ਨੇ ਇਹ ਤਾਂ ਸਵੇਰੇ ਉੱਠ ਕੇ ਗੁਰੂ ਨੂੰ ਜਪਦੇ ਨੇ ਤੇ ਬੜੇ ਵੱਡੇ ਭਾਗ ਵਾਲੇ ਨੇ ਜਨਮ ਤੋਂ ਹੀ ਅੰਮ੍ਰਿਤ ਦੀ ਗੂੰਦ ਮਿਲ ਗਈ ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ ਆਪਾਂ ਤਾਂ 50-50 ਸਾਲ ਦੇ 60-60 ਸਾਲ ਦੇ 70-70 ਸਾਲ ਦੇ ਉਹਨਾਂ ਨੂੰ ਕਹੋ ਅੰਮ੍ਰਿਤ ਛਕ ਲਓ ਕਹਿੰਦੇ ਨਹੀਂ ਹੋਣ ਕੀ ਚੱਲਣਾ ਮੈਂ ਤਾਂ ਛਕ ਨਹੀਂ ਦੇਣਾ ਉਹਨੇ ਹੁਣ ਨਹੀਂ ਉਹਨੇ ਛਕਣ ਲੈਣਾ ਜਦੋਂ ਸਮਾਂ ਸੀ ਉਦੋਂ ਤਾਂ ਤੁਸੀਂ ਕੁਛ ਨਹੀਂ ਕੀਤਾ ਅਸੀਂ ਕੁਛ ਵੀ ਨਹੀਂ ਕੀਤਾ ਆਪਾਂ ਕਹਿੰਦੇ ਹੀ ਜਾਂਚ ਲੜ ਲਿਆ ਤੇ ਮੁੜ ਕੇ ਰਿਪੋਰਟ ਕਰਨਾ ਤੇ ਮੈਂ ਸਮਾਪਤੀ ਕਰ ਦੂੰ ਸਾਰੇ ਕਿਰਪਾ ਕਰੇ ਰਹਿਤ ਰੱਖੋ ਰਹਿਤ ਹੀ ਸਿੱਖੀ ਹੈ ਮਰਿਆਦਾ ਹੀ ਸਿੱਖੀ ਹੈ ਦੁਨੀਆ ਪਈ ਖਾਲੀ ਜੀ ਸਾਰੀ ਦੁਨੀਆ ਸਿੱਖ ਨੇ ਵੀ ਉਹ ਕੁਛ ਹੀ ਕਰੀ ਜਾਣਾ ਤੇ ਫਿਰ ਸਿੱਖ ਦਾ ਤੇ ਉਹਨਾਂ 'ਚ ਫਰਕ ਕੀ ਹੈ
ਇਹ ਮਰਿਆਦਾ ਹੈ ਪੰਜ ਪਿਆਰੇ ਜਿਹੜ ਕਰਾਉਂਦੇ ਨੇ ਕਿਤੇ ਉੱਤੇ ਸਮਾਂ ਮਿਲਿਆ ਫਿਰ ਅਗਰ ਪੜਨਾ ਸਾਰੀ ਖੁਸ਼ੀ ਗੱਲ ਕਰਦੇ ਪਰ ਸਵਾਲ ਵੀ ਲਵਾਂਗੇ ਜਿਨ੍ਹਾਂ ਦੇ ਸਵਾਲ ਨੇ ਜਾਂ ਤੇ ਨਹੀਂ ਲੱਗਣ ਦਿੰਦੇ ਪਾਟੇ ਕਿਉਂ ਪਾਉਂਦੇ ਨੇ ਇਹ ਕਿਉਂ ਕਰਦੇ ਨੇ ਕੌਣ ਕਿਉਂ ਕਰਦੇ ਕੋਈ ਕੁਛ ਨਹੀਂ ਕਰਦੇ ਸਿਰਫ ਗੁਰੂ ਦਾ ਹੁਕਮ ਕਮਾਉਂਦੇ ਨੇ ਤੇ ਜਿਹੜਾ ਹੁਕਮ ਗੁਰੂ ਦਾ ਹੁਕਮ ਕਮਾਉਂਦਾ ਹੈ ਉਹ ਚੰਗਾ ਕਿ ਜਿਹੜਾ ਹੁਕਮ ਤੋੜਦਾ ਹੁਕਮ ਅਧੂਲੀ ਕਰਦਾ ਉਹ ਚੰਗਾ ਔਖੇ ਹੋ ਕੇ ਵਿਵੇਕ ਰੱਖਦੇ ਨੇ ਇਹੋ ਜਿਹੇ ਸੰਸਾਰ ਭੁੱਖੇ ਕਈ ਕਈ ਦਿਨ ਦੋ ਦੋ ਤਿੰਨ ਤਿੰਨ ਦਿਨ ਭੁੱਖੇ ਰਹਿਣਾ ਪੈਂਦਾ ਜਿੱਥੇ ਵੀ ਅੰਮ੍ਰਿਤ ਛਕਾਉਂਦੇ ਨੇ ਦੋ ਗੱਲਾਂ ਕਹਿੰਦੇ ਨੇ ਖਾਲਸੇ ਦੀ ਰੋਟੀ ਬੇਟੀ ਦੀ ਸਾਂਝ ਖਾਲਸੇ ਨਾਲ ਖਾਲਸੇ ਦੀ ਰੋਟੀ ਬੇਟੀ ਦੀ ਸਾਂਝ ਦੋ ਸਾਂਝਾਂ ਨੇ ਸਾਡੀਆਂ ਦੁਨੀਆਦਾਰਾਂ ਨਾਲ ਇੱਕ ਬੱਚਾ ਵਿਆਉਣਾ ਧੀ ਪੁੱਤ ਵਿਆਉਣਾ ਇਹ ਵੀ ਖਾਲਸੇ ਨੇ ਖਾਲਸੇ ਹਾਲ ਵਿਆਉਣਾ ਅੰਮ੍ਰਿਤਧਾਰੀ ਨੇ ਅੰਮ੍ਰਿਤਧਾਰੀ ਹਾਲ ਵਿਆਉਣਾ ਤੇ ਦੂਜੀ ਖਾਣ ਪੀਣ ਦੀ ਰੋਟੀ ਰੋਟੀ ਖਾਣ ਦੀ ਸਾਂਝ ਇਹ ਵੀ ਖਾਲਸੇ ਦੀ ਖਾਲਸੇ ਨਾਲ ਹੈ ਇਹ ਨਹੀਂ ਵੀ ਜਿੱਥੇ ਮਰਜ਼ੀ ਮੂੰਹ ਮਾਰੀ ਜਾਣ ਜਾਗੀ ਰਹਿਤ ਨਾ ਜਾਣੀਏ ਗੁਰਬਾਣੀ ਨਹੀਂ ਰੀਤ ਤਿਸਕਾ ਭੋਜਨ ਖਾਏ ਕੇ ਵਿਸਰੇ ਹਰ ਸਿਉ ਪ੍ਰੀਤ ਮਿਲਣ ਤੇ ਰੱਬ ਨੂੰ ਸੀ ਖਾਣ ਲਈ ਤੇ ਅਸੀਂ ਆਏ ਨਹੀਂ ਖਾ ਤੇ ਵਿਹਲੇ ਬੜੇ ਜਨਮ ਅਸੀਂ ਖਾ ਲਿਆ ਹੁਣ ਤਾਂ ਅਸੀਂ ਰੱਬ ਨੂੰ ਮਿਲਣਾ ਹੈ ਰੁੱਖੀ ਰੋਟੀ ਖਾਏ ਸਮਲ ਲੈ ਅੰਦਰ ਬਾਹਰ ਹਰ ਨਦਰ ਮੈਂ ਹਰ ਲੈ ਖਾਏ ਖਾਏ ਕਰੇ ਵੱਧ ਫੈਲੀ ਜਾਨ ਵਿਸੂ ਕੀ ਵਾੜੀ ਜੀਓ ਖਾਣਾ ਜੇ ਅੰਦਰ ਚਾਹ ਹੀ ਨਹੀਂ ਪੈਂਦਾ ਮੈਂ ਪ੍ਰਭੂ ਮਿਲਦਾ ਤੇ ਫਿਰ ਭਾਈ ਅਜੇ ਕੁਛ ਨਹੀਂ ਕੀਤਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੁੱਟੀ ਨਿਫਲ ਭਈ ਸਭ ਸੇਵਾ ਕਾਮੀ ਅਸੀਂ ਕ੍ਰੋਧੀ ਅਸੀਂ ਲੋਭੀ ਅਸੀਂ ਪ੍ਰਾਈ ਨਿੰਦਾ ਅਸੀਂ ਤੇ ਗੁਰੂ ਕਹਿੰਦੇ ਸਾਰੀ ਤੇਰੀ ਕੀਤੀ ਸੇਵਾ ਨਿਸਫਲ ਚਲੀ ਗਈ ਤੇ ਬਾਣੀ ਕਹਿੰਦੀ ਮੈਂ ਨਹੀਂ ਕਹਿ ਰਿਹਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੁੱਟੀ ਨਿਫਲ ਭਈ ਸਭ ਸੇਵਾ ਨਿਫਲ ਬਾਬਾ ਜੀ ਨੂੰ ਕੋਈ ਪਾਲੀ ਨਹੀਂ ਲੱਗਦੀ ਸਾਰੀ ਸੇਵਾ ਵਿਅਰਥ ਚਲੀ ਗਈ ਆਓ ਗੁਰੂ ਵਾਲੇ ਬਣੀਏ ਗੁਰਬਿੰਦ ਭੋਗਨ ਹਾਰ ਗੁਰੂ ਬਿੰਦ ਗੁਰਬਿੰਦ ਸੁਤ ਨ ਸਿੱਧ ਗੁਰੂ ਬਿੰਦ ਗੁਰੂ ਤੋਂ ਬਿਨਾਂ ਕੁਛ ਨਹੀਂ ਹੈ ਗੁਰੂ ਵਾਲੇ ਬਣੋ ਸਾਰੇ ਬਾਕੀ ਗੁਰੂ ਫਲਾ ਵਰਤਾ ਦੇਗਾ ਬਾਕੀ ਗੁਰੂ ਫਲਾ ਵਰਤਾਏ ਤੁਸੀਂ ਅੱਗੇ ਤਾਂ ਵਧੋ ਕਰਨ ਸਾਨੂੰ ਬਰੇਕ ਪੈਂਦਾ ਗਿਆ ਚਲ ਸਤਗੁਰ ਕੋਰ ਪੈਂਦਾ ਉੱਥੇ ਬੈਠਾ ਤੁਹਾਡੇ ਕੇ ਥਾਲ ਲੈ ਕੇ ਬੈਠਾ ਭਾਈ ਸਨਮੁਖ ਸਿੰਘ ਜੀ ਸਿੰਘ ਸੀ ਕੀਰਤਨ ਹੁੰਦਾ ਸੀ ਇੱਦਾਂ ਸਿੰਘ ਆਤਮ ਨੂੰ ਕਹਿੰਦੇ ਹਾਲਾਤ ਬੜੇ ਖਰਾਬ ਸੀ ਕਹਿੰਦੇ ਭਾਈ ਸਾਹਿਬ ਤੇ ਸਾਡੇ ਰਾਜ ਨੂੰ ਮਿਲੇਗਾ ਸਾਰੇ ਮਰ ਜਾਣਗੇ ਉਹ ਕਹਿੰਦੇ ਲਿਆ ਖਾਲਸਾ ਹੁਣੇ ਦਵਾ ਦਿੰਦੇ ਹੁਣੇ ਖਾਲਸਾ ਲਿਆ ਹੁਣੇ ਹੀ ਦਵਾ ਦਿੰਦੇ ਹਾਂ ਆਪਾਂ ਇੱਥੇ ਕੀ ਖੜੇ ਹੋ ਕੇ ਕਿੰਨੇ ਰਾਜ ਕਰੇਗਾ ਆਕੀ ਤੇ ਆਕੀ ਕੌਣ ਅਸੀਂ ਤਾਂ ਆਦਮੀ ਆ ਤੁਸੀਂ ਅੰਮ੍ਰਿਤ ਛਕਦੇ ਸਾਰੇ ਨੇ ਇਹਦੇ ਸਾਹਮਣੇ ਖੜੇ ਹੋ ਕੇ ਕਹੀ ਜਾਂਦੇ ਆਕੀ ਰਹੇ ਨਾ ਕੋਈ ਤੇ ਫਿਰ ਤੁਸੀਂ ਰਹਿਣਾ ਕਿੱਥੇ ਮੈਂ ਰਹਿਣਾ ਕਿੱਥੇ ਆਕੀਆਂ ਨੇ ਤੇ ਰਹਿਣਾ ਹੀ ਪਹਿਲਾਂ ਸੋਚੋ ਨਾ ਆਪਣੇ ਅੰਦਰ ਚਾਕੀ ਮਾਰ ਕੇ ਬੜੀ ਉੱਚੀ ਉੱਚੀ ਰਾਜ ਕਰੇਗਾ ਖਾਲਸਾ ਆਕੀ ਰਹਿਣ ਆਕੀ ਕਿਹਨੂੰ ਕਹਿੰਦੇ ਮੈਨੂੰ ਜੀ ਮੈਨੂੰ ਮਾਫ਼ ਕਰ ਦੇ ਮੇਰਾ ਦੁਖੀ ਆਦਤ ਕਹਣੇ ਵਿਦਨ ਜਾਣੇ ਕਿਉਂ ਕਰਨੀ ਤੁਹਾਨੂੰ ਨੀਂਦ ਨਹੀਂ ਆਉਂਦੀ ਜਿਹਨੂੰ ਕੁਛ ਬੁੱਝਿਆ ਨਹੀਂ ਤੈਨੂੰ ਸੁੱਖ ਰਹਿਣ ਰਖਾਏ ਹਵਾ ਜੋ ਪੂਜਾ ਪੂਜਣਾ ਸੂਰੀ ਕਲੀ ਬੁਲਾਏ ਮੈਂ ਤਾਂ ਕਦੇ ਸੋਚਦਾ ਨਾ ਕਿ ਅੰਮ੍ਰਿਤ ਕੀ ਸ਼ਕਲ ਹੈ ਬੁਲਾਈ ਗੱਲ ਬਾਰੇ ਆ ਵੀ ਨਹੀਂ ਠੀਕ ਆ ਵੀ ਨਹੀਂ ਠੀਕ ਆ ਆਪਣੇ ਪਰਿਵਾਰ ਦਾ ਭਲਾ ਕਰ ਲੋ ਨਾ ਆਪਣੇ ਬੱਚਿਆਂ ਨੂੰ ਲੈ ਕੇ ਉਹਨਾਂ ਨਾਈਆਂ ਕੋਲ ਜਾਓ ਇੱਦਾਂ ਤਿਆਰ ਕਰੋ ਕੋਸ਼ਿਸ਼ ਤਾਂ ਕਰੋ ਸਾਡੇ ਹੱਥ ਕੋਸ਼ਿਸ਼ ਹੀ ਹੈ ਕੋਸ਼ਿਸ਼ ਤਾਂ ਕਰੋ ਉਹਨੂੰ ਪੈਸੇ ਦੇ ਕੇ ਉਹ ਦਾਦੀ ਨੇ ਕਿਹਾ ਮੈਨੂੰ ਕੀ ਕਰਾਂ ਉਹ ਦਾਦੀ ਨੇ ਕਿਹਾ ਬੱਚਿਓ ਮਰ ਜਾਇਓ ਸਿੱਖੀ ਨਾ ਛੱਡਿਓ ਅੰਦੀ ਦਾਦੀ ਕਹਿੰਦੀ ਜਾ ਪੈਸੇ ਲੈ ਤੇ ਜਾ ਕੇ ਨਾਇਕ ਨੂੰ ਸਿਰ ਮਨਾ ਲਿਆ ਕੋਲ ਨੂੰ ਪੈਸੇ ਦੇ
ਤੇ ਸਾਡੀ ਚਰਚ ਮਾਂ ਦੀ ਕਿਰਪਾ ਕਰੇ ਮੈਨੂੰ ਮਾਫ ਕਰੇ ਤੁਹਾਨੂੰ ਚਰਚ ਕਲਾ ਬਖਸ਼ੇ ਤੁਹਾਨੂੰ ਗੁਰੂ ਆਪਣੇ ਚਰਨਾਂ ਨਾਲ ਆਪਣੇ ਸਾਨੂੰ ਲੈ ਕੇ ਹਰੇ ਮਾਫ ਕਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।